ਤਰਨ ਤਾਰਨ ਵਿੱਚ ਬਾਰਿਸ਼ ਹੋਣ ਤੋਂ ਬਾਅਦ ਕੋਹਰੇ ਦਾ ਆਲਮ ਇਸ ਕਦਰ ਵੱਧ ਗਿਆ ਹੈ ਕਿ ਜਿਨ੍ਹਾਂ ਗਰੀਬਾਂ ਕੋਲ ਛੱਤ ਨਹੀਂ ਹੈ ਉਹ ਕਿਸ ਤਰ੍ਹਾਂ ਰਹਿ ਰਹੇ ਹਨ। ਆਓ ਦੇਖਦੇ ਹਾਂ ਇਹ ਇੱਕ ਵੀਡੀਓ ਦੇ ਨਾਲ। ਰਾਤ 12 ਵਜੇ ਦਾ ਟਾਈਮ ਹੈ ਅਤੇ ਜਿਨ੍ਹਾਂ ਕੋਲ ਛੱਤ ਨਹੀਂ ਹੈ ਉਹ ਕਿਸ ਤਰ੍ਹਾਂ ਇੱਕ ਕੰਬਲ ਅਤੇ ਇੱਕ ਚਾਦਰ 'ਤੇ ਸੌਣ ਲਈ ਮਜਬੂਰ ਹਨ। ਬਾਰਿਸ਼ ਤੋਂ ਬਾਅਦ ਕੋਹਰੇ ਦਾ ਪ੍ਰਕੋਪ ਗਰੀਬਾਂ ਲਈ ਮੁਸੀਬਤਾਂ ਲੈ ਕੇ ਆਇਆ ਹੈ। ਤਰਨ ਤਾਰਨ ਦੇ ਵਿੱਚ ਬਹੁਤ ਹੀ ਵਧੀਆ ਸੱਚਖੰਡ ਰੋਡ 'ਤੇ ਗਰੀਬਾਂ ਵਾਸਤੇ ਰਹਿਣ ਬਸੇਰਾ ਬਣਾਇਆ ਗਿਆ ਹੈ, ਜੋ ਕਿ ਆਹ ਦੇਖੋ ਆਪ ਸਭ ਕਿ ਗਰੀਬ ਕਿੱਦਾਂ ਸੜਕਾਂ 'ਤੇ ਸੁੱਤੇ ਆ। ਕੋਈ ਦਰਬਾਰ ਸਾਹਿਬ ਸੁੱਤਾ, ਕੋਈ ਫੁੱਟਪਾਥ 'ਤੇ ਸੁੱਤਾ ਵਾ, ਕੋਈ ਕਿਸ ਤਰ੍ਹਾਂ ਸੁੱਤਾ ਵਾ। ਇਹਨਾਂ ਵਾਸਤੇ ਕੋਈ ਛੱਤ ਨਹੀਂ, ਕਿਉਂਕਿ ਹਰ ਵੇਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸ਼ਾਮ ਤੋਂ ਲੈ ਕੇ ਰਾਤ ਤੱਕ ਧੁੰਦ ਬਹੁਤ ਸੰਘਣੀ ਆ, ਜਿਹਦੇ ਵਿੱਚ ਹਜ਼ਾਰੇ ਲੋਕ ਚੰਗੇ ਭਲੇ ਘਰਾਂ ਦੇ ਵਿੱਚ ਬਿਮਾਰ ਹੋ ਜਾਂਦੇ ਆ। ਪਰ ਇਹ ਲੋਕ ਵੇਖੋ ਕਿ ਜਿਹੜੇ ਸੜਕਾਂ 'ਤੇ ਸੁੱਤੇ, ਇਹਨਾਂ ਦਾ ਕੀ ਹਾਲ ਆ। ਜਿਹੜੀ ਅਸੀਂ ਈਓ ਮਿਊਨਸੀਪਲ ਕੌਂਸਲ ਨਾਲ ਮੀਟਿੰਗ ਕੀਤੀ, ਉਹਦੇ 'ਚ ਸਭ ਤੋਂ ਪਹਿਲਾਂ ਤਾਂ ਅਸੀਂ ਰੈਣ ਬਸੇਰਾ ਦੇ ਬਾਹਰ ਬੋਰਡ ਲਗਾਵਾਂਗੇ। ਇਸ ਤੋਂ ਇਲਾਵਾ ਜੋ ਵੀ ਉਹਦੇ ਹੋਰ ਪ੍ਰਬੰਧ ਕਰਨ ਵਾਲੇ ਨੇ ਉਹਨਾਂ ਨੂੰ ਜਲਦੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕੰਪਲੀਟ ਕਰ ਲਈ, ਦਿਨਾਂ ਤੱਕ ਉਹਦਾ ਰਿਜ਼ਲਟ ਜਿਹੜਾ ਦੇਖ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।